ਡੀ ਜੀ ਟੈਂਪਲ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਦੀ ਸੁਚੱਜੀ ਅਗਵਾਈ ਵਿੱਚ ਜਦੋਂ ਦਾ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਵਾ ਉਦੋਂ ਤੋਂ ਹੀ ਇਹ ਮੈਡੀਕਲ ਸੇਵਾਵਾਂ ਚੱਲ ਰਹੀਆਂ ਨੇ। ਜਿਹੜੇ ਕਿਸਾਨ ਵੀਰ, ਜਿੰਨੇ ਵੀ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਇਸ ਕੈਂਪ ਵਿੱਚ ਉਪਲਬਧ ਹਨ। ਕੈਂਪ ਦਿਨ ਰਾਤ ਚੱਲ ਰਿਹਾ ਸਰ? ਹਾਂਜੀ, ਕੈਂਪ ਦਿਨ ਰਾਤ ਲਗਾਤਾਰ 24 ਘੰਟੇ ਚੱਲ ਰਿਹਾ। ਪਤਾ ਨਹੀਂ ਕੀ ਨਾਂ ਤੁਹਾਡਾ? ਮੈਂ ਜਸਮੇਰ ਸਿੰਘ ਲਾਛੜੂ, SGPC ਮੈਂਬਰ। ਪ੍ਰਧਾਨ ਜੀ, ਜਿਹੜੇ ਲੰਗਰ ਲਾਇਆ ਹੈਗਾ, ਕਿੰਨੇ ਕੁ ਦਿਨ ਤੋਂ ਚੱਲ ਰਿਹਾ ਹੈਗਾ ਇਹ ਲੰਗਰ? ਜੀ 13 ਤਰੀਕ ਤੋਂ, ਜਿਸ ਦਿਨ ਤੋਂ ਮੋਰਚਾ ਲੱਗਿਆ ਉਸ ਦਿਨ ਤੋਂ ਇੱਥੇ ਲੱਗਿਆ ਹੋਇਆ ਹੈ। ਅਤੇ ਨਾਲ ਹੀ ਮੈਡੀਕਲ ਦਾ ਕੈਂਪ ਹੈ, ਮੈਡੀਕਲ ਦੀ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ। ਇਹ ਦਿਨ ਰਾਤ ਚੱਲ ਰਿਹਾ ਸਰ? ਹਾਂ ਜੀ, 24 ਘੰਟੇ ਚੱਲ ਰਿਹਾ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਪਾਲ ਸਿੰਘ, ਪੰਨੂ, ਫਿਰੋਜ਼ਪੁਰ ਜ਼ਿਲ੍ਹਾ, ਪਿੰਡ ਡਾਸਾ ਵਾਲਾ, ਕਿਸਾਨ ਮਜ਼ਦੂਰ ਸੰਘ ਰਾਹ ਕਮੇਟੀ ਮੀਤ ਪ੍ਰਧਾਨ, ਫਿਰੋਜ਼ਪੁਰ। ਪ੍ਰਧਾਨ ਜੀ, ਅੱਜ 13-16 ਦਿਨ ਜਾ ਰਿਹਾ ਹੈਗਾ, ਤੁਸੀਂ ਬੈਠੇ ਹੈਗੇ, ਸਰਕਾਰ ਜੇ ਹੱਲ ਨਹੀਂ ਕਰਦੀ ਹੈਗੀ ਫਿਰ ਕੀ ਕਰੂੰਗੇ? ਵੇਖੋ ਜੀ, ਸਰਕਾਰਾਂ ਨੂੰ ਅਸੀਂ, ਸਾਡੇ ਬਜ਼ੁਰਗਾਂ ਨੇ ਵੀ ਜੋ 47 ਤੋਂ ਪਿੰਡੇ 'ਤੇ ਢਾਇਆ ਹੈ, ਅਤੇ ਗਾਹ ਅੱਜ ਉਹਨਾਂ ਦੀ 3ਜੀ ਪੀੜ੍ਹੀ ਚੱਲ ਰਹੀ ਆ। ਇਹ ਸਰਕਾਰਾਂ ਤੋਂ ਅਸੀਂ ਆਪਦਾ ਫਸਲ ਦਾ ਰੇਟ ਹੀ ਮੰਗਦੇ ਹਾਂ, ਅਸੀਂ ਕੋਈ ਭੀਖ ਨਹੀਂ ਮੰਗਦੇ। ਸਰਕਾਰਾਂ ਸਾਡੇ ਫਸਲਾਂ ਰੇਟ ਦੇਣ, ਸਾਡੀ ਆਉਣ ਵਾਲੀ ਜਿਹੜੀ ਨਸਲ ਪੀੜ੍ਹੀ ਆ, ਜੋ ਕਿਉਂ ਬਾਹਰ ਭੱਜਦੀ ਆ, ਲੱਖਾਂ ਰੁਪਈਏ ਲਾ ਕੇ ਬਾਹਰ ਜਾ ਕੇ ਸਾਡੇ ਪੁੱਤਰਾਂ ਨੂੰ ਕਿਹੜੀ ਚੰਗੀ ਨੌਕਰੀ ਮਿਲਦੀ ਆ? ਜੇ ਸਾਡਾ ਇੱਥੇ ਨੌਕਰੀ ਮਿਲੇ, ਸਾਡਾ ਰੁਜ਼ਗਾਰ ਵਧੀਆ ਭਵਿੱਖ ਬਣੇ, ਅਤੇ ਜਿਹੜਾ ਪੰਜਾਬ ਸੋਨੇ ਚਿੜੀ ਆ, ਇੱਥੇ ਆਣ ਕੇ ਵੱਡੇ ਵੱਡੇ ਕਾਰਪੋ ਘਰਾਣਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ, ਜੋ ਸਰਕਾਰਾਂ ਨੇ ਵਾਅਦਾ ਕੀਤਾ ਸਾਡੇ ਵਾਅਦੇ ਨਹੀਂ ਇਹਨਾਂ ਪੂਰੇ ਕੀਤੇ। ਇਹ ਮੋਦੀ ਮੰਨਿਆ ਸੀਗਾ ਕਿ ਮੈਂ ਐਮਟੀ ਲਾਗੂ ਕਰਾਂਗਾ, ਅੱਜ ਐਮਟੀ ਲਾਗੂ ਨਾ ਕਰਦੇ ਵਿੱਚ ਮੋਦੀ ਬਾਲੀ ਡਾਲੀ ਦੇ ਦਲਾਲਾਂ ਦੇ ਤਕੜੀ ਚੜ੍ਹ ਕੇ ਇਹ ਜਨਤਾ ਨੂੰ ਭੁੱਲਿਆ ਚੁੱਕਾ। ਇਹ ਜਨਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪੂਰਾ ਬੁਰਾ ਨਜ਼ਰ ਦੇਖਣਾ ਪਏਗਾ। ਹਾਂ ਜੀ, ਅਗਰ ਨਹੀਂ ਕੋਈ ਹੱਲ ਹੁੰਦਾ ਹੈਗਾ ਤਾਂ ਫਿਰ ਦਿੱਲੀ ਤਾਂ ਰੋਕ ਲਾਈ ਹੋਈ ਹੈ ਇਹਨਾਂ ਨੇ, ਫਿਰ ਦਿੱਲੀ ਕਿੱਦਾਂ ਜਾਊਂਗੇ? ਵੇਖੋ ਜੀ, ਦਿੱਲੀ ਸਾਡੀ ਰਾਜਧਾਨੀ ਹੈ, ਦਿੱਲੀ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਪੁਰਖਾਂ ਨੇ ਖੂਨ ਦੇ ਕੇ ਦਿੱਲੀ ਯਾਦ ਕਰਾਈ ਆ। ਦਿੱਲੀ ਸਾਡੀ ਰਾਜਧਾਨੀ, ਦਿੱਲੀ 'ਚ ਅਸੀਂ ਜਾ ਸਕਦੇ ਹਾਂ, ਕਿਸਾਨ ਨੂੰ ਕੋਈ ਵੀ ਰੋਕ ਨਹੀਂ, ਉਹ ਕਿਸੇ ਵੀ ਆਪਦਾ ਜਾ ਕੇ ਹੱਕ ਲੈ ਸਕਦਾ। ਇਹ ਜੀ ਕੈਂਪ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਦੀ ਸੁਚੱਜੀ ਅਗਵਾਈ ਵਿੱਚ ਜਦੋਂ ਦਾ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਵਾ ਉਦੋਂ ਤੋਂ ਹੀ ਇਹ ਮੈਡੀਕਲ ਸੇਵਾਵਾਂ ਚੱਲ ਰਹੀਆਂ ਨੇ। ਜਿਹੜੇ ਕਿਸਾਨ ਵੀਰ, ਜਿੰਨੇ ਵੀ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ, ਉਹਨਾਂ ਵਾਸਤੇ ਸਾਰੀਆਂ ਸੇਵਾਵਾਂ ਇਸ ਕੈਂਪ ਵਿੱਚ ਉਪਲਬਧ ਹਨ। ਕੈਂਪ ਦਿਨ ਰਾਤ ਚੱਲ ਰਿਹਾ ਸਰ? ਹਾਂਜੀ, ਕੈਂਪ ਦਿਨ ਰਾਤ ਲਗਾਤਾਰ 24 ਘੰਟੇ ਚੱਲ ਰਿਹਾ। ਪਤਾ ਨਹੀਂ ਕੀ ਨਾਂ ਤੁਹਾਡਾ? ਮੈਂ ਜਸਮੇਰ ਸਿੰਘ ਲਾਛੜੂ, SGPC ਮੈਂਬਰ। ਪ੍ਰਧਾਨ ਜੀ, ਜਿਹੜੇ ਲੰਗਰ ਲਾਇਆ ਹੈਗਾ, ਕਿੰਨੇ ਕੁ ਦਿਨ ਤੋਂ ਚੱਲ ਰਿਹਾ ਹੈਗਾ ਇਹ ਲੰਗਰ? ਜੀ 13 ਤਰੀਕ ਤੋਂ, ਜਿਸ ਦਿਨ ਤੋਂ ਮੋਰਚਾ ਲੱਗਿਆ ਉਸ ਦਿਨ ਤੋਂ ਇੱਥੇ ਲੱਗਿਆ ਹੋਇਆ ਹੈ। ਅਤੇ ਨਾਲ ਹੀ ਮੈਡੀਕਲ ਦਾ ਕੈਂਪ ਹੈ, ਮੈਡੀਕਲ ਦੀ ਸਹੂਲਤਾਂ ਇੱਥੇ ਦਿੱਤੀਆਂ ਜਾਂਦੀਆਂ। ਇਹ ਦਿਨ ਰਾਤ ਚੱਲ ਰਿਹਾ ਸਰ? ਹਾਂ ਜੀ, 24 ਘੰਟੇ ਚੱਲ ਰਿਹਾ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਪਾਲ ਸਿੰਘ, ਪੰਨੂ, ਫਿਰੋਜ਼ਪੁਰ ਜ਼ਿਲ੍ਹਾ, ਪਿੰਡ ਡਾਸਾ ਵਾਲਾ, ਕਿਸਾਨ ਮਜ਼ਦੂਰ ਸੰਘ ਰਾਹ ਕਮੇਟੀ ਮੀਤ ਪ੍ਰਧਾਨ, ਫਿਰੋਜ਼ਪੁਰ। ਪ੍ਰਧਾਨ ਜੀ, ਅੱਜ 13-16 ਜਾ ਰਿਹਾ ਹੈਗਾ, ਤੁਸੀਂ ਬੈਠੇ ਹੈਗੇ, ਸਰਕਾਰ ਜੇ ਹੱਲ ਨਹੀਂ ਕਰਦੀ ਹੈਗੀ ਫਿਰ ਕੀ ਕਰੂੰਗੇ? ਵੇਖੋ ਜੀ, ਸਰਕਾਰਾਂ ਨੂੰ ਅਸੀਂ, ਸਾਡੇ ਬਜ਼ੁਰਗਾਂ ਨੇ ਵੀ ਜੋ 47 ਤੋਂ ਪਿੰਡੇ 'ਤੇ ਢਾਇਆ ਹੈ, ਅਤੇ ਗਾਹ ਅੱਜ ਉਹਨਾਂ ਦੀ 3ਜੀ ਪੀੜ੍ਹੀ ਚੱਲ ਰਹੀ ਆ। ਇਹ ਸਰਕਾਰਾਂ ਤੋਂ ਅਸੀਂ ਆਪਦਾ ਫਸਲ ਦਾ ਰੇਟ ਹੀ ਮੰਗਦੇ ਹਾਂ,
ਅਸੀਂ ਕੋਈ ਭੀਖ ਨਹੀਂ ਮੰਗਦੇ, ਸਰਕਾਰਾਂ ਸਾਡੇ ਫਸਲਾਂ ਰੇਟ ਦੇਣ, ਸਾਡੀ ਆਉਣ ਵਾਲੀ ਜਿਹੜੀ ਨਸਲ ਪੀੜ੍ਹੀ ਆ ਜੋ ਕਿਉਂ ਬਾਹਰ ਭੱਜਦੀ ਆ, ਲੱਖਾਂ ਰੁਪਈਏ ਲਾ ਕੇ ਬਾਹਰ ਜਾ ਕੇ ਸਾਡੇ ਪੁੱਤਰਾਂ ਨੂੰ ਕਿਹੜੀ ਚੰਗੀ ਨੌਕਰੀ ਮਿਲਦੀ ਆ? ਜੇ ਸਾਡਾ ਇੱਥੇ ਨੌਕਰੀ ਮਿਲੇ, ਸਾਡਾ ਰੁਜ਼ਗਾਰ ਵਧੀਆ ਭਵਿੱਖ ਬਣੇ, ਅਤੇ ਜਿਹੜਾ ਪੰਜਾਬ ਸੋਨੇ ਚਿੜੀ ਆ, ਇੱਥੇ ਆਣ ਕੇ ਵੱਡੇ ਵੱਡੇ ਕਾਰਪੋ ਘਰਾਣਿਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ, ਜੋ ਸਰਕਾਰਾਂ ਨੇ ਵਾਅਦਾ ਕੀਤਾ ਸਾਡੇ ਵਾਅਦੇ ਨਹੀਂ ਇਹਨਾਂ ਪੂਰੇ ਕੀਤੇ। ਇਹ ਮੋਦੀ ਮੰਨਿਆ ਸੀਗਾ ਕਿ ਮੈਂ ਐਮਨਿਸਟੀ ਲਾਗੂ ਕਰਾਂਗਾ, ਅੱਜ ਐਮਨਿਸਟੀ ਲਾਗੂ ਨਾ ਕਰਦੇ ਵਿੱਚ ਮੋਦੀ ਬਾਲੀ ਡਾਲੀ ਦੇ ਦਲਾਲਾਂ ਦੇ ਤੱਕੜੀ ਚੜ੍ਹ ਕੇ ਇਹ ਜਨਤਾ ਨੂੰ ਭੁੱਲਿਆ ਚੁੱਕਾ। ਇਹ ਜਨਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪੂਰਾ ਬੁਰਾ ਨਜ਼ਰ ਦੇਖਣਾ ਪਏਗਾ। ਹਾਂ ਜੀ, ਅਗਰ ਨਹੀਂ ਕੋਈ ਹੱਲ ਹੁੰਦਾ ਹੈਗਾ ਤਾਂ ਫਿਰ ਦਿੱਲੀ ਤਾਂ ਰੋਕ ਲਾਈ ਹੋਈ ਹੈ ਇਹਨਾਂ ਨੇ, ਫਿਰ ਦਿੱਲੀ ਕਿੱਦਾਂ ਜਾਊਂਗੇ? ਵੇਖੋ ਜੀ, ਦਿੱਲੀ ਸਾਡੀ ਰਾਜਧਾਨੀ ਹੈ, ਦਿੱਲੀ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਪੁਰਖਾਂ ਨੇ ਖੂਨ ਦੇ ਕੇ ਦਿੱਲੀ ਯਾਦ ਕਰਾਈ ਆ। ਦਿੱਲੀ ਸਾਡੀ ਰਾਜਧਾਨੀ, ਦਿੱਲੀ 'ਚ ਅਸੀਂ ਜਾ ਸਕਦੇ ਹਾਂ, ਕਿਸਾਨ ਨੂੰ ਕੋਈ ਵੀ ਰੋਕ ਨਹੀਂ, ਉਹ ਕਿਸੇ ਵੀ ਆਦਾ ਜਾ ਕੇ ਹੱਕ ਲੈ ਸਕਦਾ।